ਪੰਜਾਬ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਆਉਣ ਵਾਲੇ 2 ਤੋਂ 3 ਦਿਨਾਂ ਵਿੱਚ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਕੋਈ ਵੀ ਨਹੀਂ ਹੈ। ਅਗਲੇ 3 ਤੋਂ 4 ਦਿਨ ਤੱਕ ਪੰਜਾਬ ਦੇ ਵਿੱਚ ਗਰਮੀ ਦੇ ਵਿੱਚ ਵਾਧਾ ਹੋਵੇਗਾ। ਜਿਹੜਾ ਪਾਰਾ ਕਈ ਦਿਨਾਂ ਤੋਂ ਘੱਟ ਸੀ ਉਹਦੇ ਵਿੱਚ ਵੀ ਹੁਣ ਵਾਧਾ ਹੋਣ ਦੀ ਪੂਰੀ ਸੰਭਾਵਨਾ ਬਣੀ ਹੋਈ ਹੈ। ਜੋ ਵੀ ਮੀਂਹ ਦੀਆਂ ਕਾਰਵਾਈਆਂ ਹਨ ਜੋ 25 ਤੋਂ 26 ਤਰੀਕ ਦੇ ਵਿੱਚ ਕਾਰ ਦੱਸੀਆਂ ਜਾ ਰਹੀਆਂ ਹਨ ਉਹਨਾਂ ਦਿਨਾਂ ਵਿੱਚ ਹਲਕੇ ਤੋਂ ਲੈ ਕੇ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ, ਪਰ ਕਈ ਵਾਰ ਛੋਟੇ ਖੇਤਰਾਂ ਵਿੱਚ ਕਾਰਵਾਈਆਂ ਜ਼ਰੂਰ ਹੋ ਸਕਦੀਆਂ ਹਨ, ਜਿਵੇਂ ਕਿ ਕਈ ਵਾਰ ਗਰਮੀ ਹੁਮਸ ਦੇ ਕਾਰਨ ਇੱਕਦਮ ਬੱਦਲ ਬਣ ਕੇ ਕਿਤੇ ਕਿਤੇ ਛਰਾਟੇ ਤੋਂ ਇਨਕਾਰ ਨਹੀਂ ਹਨ, ਪਰ ਇਹ ਕਾਰਵਾਈਆਂ ਵੀ ਛੋਟੇ ਪੱਧਰ 'ਤੇ ਨਾਲ ਹੀ ਮੀਂਹ ਦੀ ਸੰਭਾਵਨਾ 25 ਤੋਂ 26 ਤਰੀਕ ਦੇ ਵਿਚਕਾਰ ਦੱਸੀ ਜਾ ਰਹੀ ਹੈ, ਉਹ ਵੀ ਹਲਕੇ ਤੋਂ ਦਰਮਿਆਨਾ ਮੀਂਹ।